ਪੁਲਿਸ ਮੁਕਾਬਲੇ ਦੌਰਾਨ ਬਠਿੰਡਾ ਪੁਲਿਸ ਨੇ ਬੁੱਢਾ ਗਰੁੱਪ ਦੇ 4 ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਇਹਨਾਂ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਸਮੱਗਰੀ ਵੀ ਬਰਾਮਦ ਹੋਈ। ਬਠਿੰਡਾ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਬੁੱਢਾ ਗਰੁੱਪ ਦੇ ਖੁੰਖਾਰ 4 ਗੈਂਗਸਟਰਾਂ ਨੂੰ ਅਸਲੇ ਸਮੇਤ ਕਾਬੂ ਕਰ ਲਿਆ। ਬਠਿੰਡਾ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਜਟਾਣਾ ਕੋਲ ਘੇਰਾ ਪਾਏ ਜਾਣ ਤੋਂ ਇਹਨਾਂ ਗੈਂਗਸਟਰਾਂ ਨੇ ਅੱਧਾ ਘੰਟਾ ਪੁਲਿਸ ਮੁਕਾਬਲਾ ਕੀਤਾ ਅਤੇ ਬਾਅਦ ਵਿੱਚ ਹੱਥ ਖੜ੍ਹੇ ਕਰ ਦਿੱਤੇ। ਕਾਬੂ ਕੀਤੇ ਗਏ ਗੈਂਗਸਟਰਾਂ ਕੋਲੋਂ 4 ਰਾਈਫਲਾਂ, 3 ਪਿਸਤੌਲ ਅਤੇ ਵੱਡੀ ਗਿਣਤੀ ਵਿੱਚ ਅਣਚੱਲੇ ਕਾਰਤੂਸ ਬਰਾਮਦ ਕੀਤੇ। ਪੁਲਿਸ ਦਾ ਕਹਿਣਾ ਸੀ ਕਿ ਗੈਂਗਸਟਰ ਰਾਮ ਸਿੰਘ ਦੇ ਕਤਲ ਵਿੱਚ ਪੁਲਿਸ ਇਸ ਟੋਲੀ ਦਾ ਪਿੱਛਾ ਕਰਦੀ ਆ ਰਹੀ ਸੀ। ਇਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇੱਦਾਂ ਕੱਲ੍ਹ ਇੱਕ ਇਨਕਾਊਂਟਰ ਹੋਇਆ ਪੁਲਿਸ ਨਾਲ ਅਤੇ ਇੱਕ ਡ੍ਰੈਡਡ ਜਿਹੜਾ ਗੈਂਗਸਟਰ ਸੀਗੇ ਉਹਦੇ ਵਿੱਚੋਂ 4 ਬੰਦੇ ਜਿਹੜੇ ਹੈਗੇ ਉਹ ਫੜੇ ਗਏ। ਇਸ ਮੁੜਭੇੜ 'ਚ ਸਾਨੂੰ ਇਤਲਾਹ ਸੀਗੀ ਕਿ ਜਟਾਣਾ ਖੁਰਦ ਨਾਮ ਦੇ ਪਿੰਡ 'ਚ ਕੁਛ ਇੱਕ ਜਿਹੜੇ ਗੈਂਗਸਟਰ ਨੇ ਉਹਨਾਂ ਨੇ ਪਨਾਹ ਲਈ ਹੋਈ ਹੈ। ਉਹਨਾਂ ਦੀ ਰੇਖੀ ਕੀਤੀ ਅਤੇ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਪਲਾਨ ਕੀਤਾ ਗਿਆ ਮਾਨਸਾ ਪੁਲਿਸ ਅਤੇ ਬਠਿੰਡਾ ਪੁਲਿਸ ਵੱਲੋਂ, ਜਿਹਦੇ ਵਿੱਚ CIA 1 ਦੇ ਇੰਚਾਰਜ ਅਤੇ ਉੱਥੇ ਮਾਨਸਾ ਦੇ ਜਿਹੜੇ ਪੁਲਿਸ ਆਫਿਸ਼ੀਅਲ ਸੀਗੇ SHO ਜਨੀਰ, ਉਹ ਉਹਦੇ 'ਚ ਇਸ ਆਪਰੇਸ਼ਨ ਵਿੱਚ ਸ਼ਾਮਿਲ ਹੋਏ। ਇਸ ਇਨਕਾਊਂਟਰ ਦੇ ਵਿੱਚ ਸਾਨੂੰ 4 ਜਿਹੜੇ ਕ੍ਰਿਮੀਨਲ ਹੈਗੇ ਗੈਂਗਸਟਰ ਹੈਗੇ ਉਹ ਫੜੇ ਗਏ। ਇਹਦੇ ਵਿੱਚ ਫੜੇ ਜਾਣ ਦੇ ਦੌਰਾਨ ਜਦੋਂ ਪੁਲਿਸ ਨੇ ਰੇਡ ਕੀਤੀ ਹੈ, ਲਗਾਤਾਰ ਫਾਇਰ ਐਕਸਚੇਂਜ ਵੀ ਹੋਇਆ, ਉਹਨਾਂ ਵੱਲੋਂ ਪੁਲਿਸ ਪਾਰਟੀ 'ਤੇ ਫਾਇਰ ਕੀਤਾ ਗਿਆ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ।